ਲਾਈਨ ਲੱਭੀ ਯਾਰ, ਔਖਾ ਲੱਗ ਰਿਹਾ ਬਟ ਨਹੀਂ, ਆਮ ਲਿਟਲ ਵਿਟ ਨਰਵਸ ਬਟ ਐਕਸਾਈਟਡ ਜ਼ਿਆਦਾ ਹੈ ਹੁਣ, ਐਕਸਾਈਟਮੈਂਟ ਜ਼ਿਆਦਾ ਆ, ਹੋ ਜਾਵੇ ਬਸ ਵਧੀਆ ਵਧੀਆ ਹੁਣ ਵੇਟ ਦਾ। ਐਕਚੁਲੀ ਗਲਤ ਲਾਈਨ ਤਾਂ ਲੱਗ ਗਈ ਸੀ, ਹੁਣ ਲਾਈਨ ਬਹੁਤ ਆ ਗਈ ਹੈ, ਫਾਈਨਲੀ ਵੇਟ ਦੀ ਵਾਰੀ ਹੈ। ਵਾਹਿਗੁਰੂ ਵਾਹਿਗੁਰੂ ਹੋ ਗਈ ਹੈ ਸ਼ੁਰੂ, ਬਸ ਹੋ ਜਾਵੇ ਹੁਣ, ਵਾਹਿਗੁਰੂ ਵਾਹਿਗੁਰੂ ਹੋ ਗਈ ਹੈ ਸ਼ੁਰੂ। ਵੇਟ ਵੈਸੇ ਆਲਮੋਸਟ ਕਰ ਲਿਆ ਸੀ ਕਲੀਅਰ ਕਿ ਪੂਰਾ ਸੀ, ਹੋਪਫੁਲੀ ਵਧੀਆ ਹੀ ਹੋਵੇ। ਵਧੀਆ ਉਹਨਾਂ ਨੂੰ ਮੈਂ ਪਰਮਿਸ਼ਨ ਲੈ ਲਈ, ਦੱਸਿਆ ਬਲੌਗਰ ਆ ਗਿਆ, ਨਹੀਂ ਕੋਈ ਗੱਲ ਨਹੀਂ ਲੈ ਲੈਂਦੀ। ਓਕੇ ਆਦਤ ਹੈ, ਬਸ ਲੈ ਲਿਆ ਹੁਣ, ਲਗੇ ਸਬਮਿਟ ਹੋ ਗਿਆ, ਹੁਣ ਮੈਂ ਚੱਲੀ ਹਾਂ ਉਹਨਾਂ ਨੂੰ ਬਾਏ ਕਰ ਲਿਆ, ਹੁਣ ਦੇਖੀ ਮੇਰਾ ਬਾਏ ਕਰਨ ਦਾ ਤਰੀਕਾ, ਮੈਂ ਸੋਚਿਆ ਸੀ ਕਿੱਦਾਂ ਪਾ ਕੇ ਦੱਸੋ। ਉਹ ਬੜੇ ਅਰਦਾਸਾਂ ਕਰਦੇ, ਵਾਹਿਗੁਰੂ ਕਰਦੇ ਆ ਵੀ ਲਗੇ ਸਬਮਿਟ ਹੋ ਗਿਆ, ਫਾਈਨਲੀ ਹੋ ਹੀ ਗਿਆ। ਹੁਣ ਵੇਟ ਇੰਨਾ ਹੋ ਗਿਆ ਨਾ ਮੇਰੇ ਕੋਲ, ਸੀਰੀਅਸਲੀ ਭਾਰੀ ਹੋ ਗਿਆ ਹੱਥ, ਹੁਣ ਅੱਗੇ ਵੀ ਵਾਹਿਗੁਰੂ ਵਾਹਿਗੁਰੂ ਹੋ ਜਾਏ। ਸੋ ਇੱਥੋਂ ਗਾਇਜ਼ ਮੇਰੀ ਇਕੱਲੀ ਦੀ ਜਰਨੀ ਜਿਹੜੀ ਆ ਸਟਾਰਟ ਹੋ ਗਈ ਸੀ। ਇਹ ਮੇਰਾ ਪਹਿਲਾ ਲਾਈਫ ਦਾ ਐਕਸਪੀਰੀਅੰਸ ਸੀ ਪਲੇਨ ਦਾ, ਸੋ ਮੈਂ ਐਕਸਾਈਟਿਡ ਵੀ ਸੀ ਅਤੇ ਨਰਵਸ ਵੀ ਸੀ। ਇਸ ਤੋਂ ਬਾਅਦ ਲਾਈਨ ਦੇਖ ਕੇ ਮੈਂ ਤਾਂ ਘਬਰਾਈ ਗਈ ਸੀ ਬਹੁਤ ਜ਼ਿਆਦਾ, ਇਮੀਗ੍ਰੇਸ਼ਨ 'ਤੇ ਬਹੁਤ ਜ਼ਿਆਦਾ ਰਸ਼ ਸੀ, ਸ਼ਾਇਦ ਮੈਂ ਗਲਤ ਖੜੀ ਹੋ ਗਈ ਸੀ। ਨਾਲ ਦੇ ਨਾਲ ਮੈਂ ਇੰਦਰ ਨਾਲ ਗੱਲ ਕਰੀ ਜਾ ਰਹੀ ਸੀ ਕਿ ਅੱਗੇ ਕੀ ਕਰਨਾ ਅੱਗੇ ਕੀ ਕਰਨਾ, ਅਤੇ ਜਦੋਂ ਮੌਕਾ ਮਿਲਦਾ ਸੀ ਮੈਂ ਰਿਕਾਰਡ ਕਰਦੀ ਸੀ ਤੁਹਾਡੇ ਸਾਰਿਆਂ ਲਈ ਵਲੋਗ। ਇਸ ਤੋਂ ਬਾਅਦ ਜਿਹੜੀ ਆ ਐਂਟਰੀ ਹੋਣੀ ਸੀ ਅੰਦਰ, ਅਤੇ ਮੈਂ ਪਹਿਲੀ ਵਾਰੀ ਅੰਦਰ ਜਿਹੜਾ ਹੈ ਏਅਰਪੋਰਟ ਅੰਦਰੋਂ ਦੇਖਿਆ ਸੀ। ਸਾਰਿਆਂ ਨੂੰ ਛੱਡਣ ਤਾਂ ਬਹੁਤ ਵਾਰੀ ਗਈ ਸੀ, ਤਾਂ ਮੈਨੂੰ ਮਤਲਬ ਇਹ ਸੀ ਕਿ ਮੈਂ ਟਾਈਮ 'ਤੇ ਪਹੁੰਚਾਂ ਅਤੇ ਸਾਰਾ ਕੁਝ ਐਕਸਪਲੋਰ ਵੀ ਕਰਾਂ। ਇੰਦਰ ਨੇ ਮੈਨੂੰ ਦੱਸਿਆ ਸੀ ਕਿ ਅੰਦਰ ਡਿਊਟੀ ਫਰੀ ਜਿਹੜਾ ਆ ਸਟੋਰ ਹੁੰਦੇ ਆ, ਤੁਸੀਂ ਕੁਛ ਵੀ ਬਾਏ ਕਰ ਸਕਦੇ ਆ। ਮੈਂ ਨੈਕ ਗਾਰਡ ਲੈਣਾ ਸੀ, ਮੈਂ ਉਹ ਵੀ ਉੱਥੋਂ ਦੇਖਿਆ, ਅਤੇ ਕਾਫੀ ਸਾਰੀ ਚੀਜ਼ਾਂ ਸੀ ਐਕਸਪਲੋਰ ਕਰਨ ਨੂੰ, ਬਹੁਤ ਵਧੀਆ ਲੱਗਿਆ ਅੰਦਰ ਦੇਖ ਕੇ। ਸੋ ਆਪਾਂ ਅੰਦਰ ਜਿਹੜਾ ਆ ਕੁਛ ਵੀ ਬਾਏ ਕਰ ਸਕਦੇ, ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਮੇਕਅਪ ਪ੍ਰੋਡਕਟ ਇਹਨਾਂ। ਇੱਥੇ ਬਹਿ ਗਈ ਮੇਰੀ ਡਿਊਟੀ ਫਰੀ, ਅਤੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ, ਅਤੇ ਮੈਂ ਲਿਆ ਇੱਕ ਸੈਂਡਵਿਚ, ਪਨੀਰ ਟਿੱਕਾ ਸੈਂਡਵਿਚ, ਅਤੇ ਪਾਣੀ ਦੀ ਬੋਤਲ। ਚੀਜ਼ਾਂ ਮਹਿੰਗੀਆਂ ਮਿਲਦੀਆਂ, ਇੰਨਾ ਮਤਲਬ ਇੰਨਾ ਫੀਲ ਵੀ ਨਹੀਂ ਹੋ ਰਿਹਾ ਕਿ ਮਹਿੰਗੀਆਂ ਆ, ਜਸਟ ਕੰਪੈਰੀਜ਼ਨ ਕਰੀਏ ਤਾਂ ਮਹਿੰਗੀਆਂ ਹੋਣਗੀਆਂ, ਉੱਦਾਂ ਇੰਨਾ ਨਹੀਂ ਫੀਲ ਹੋਇਆ ਹੈਗਾ। ਕਿਉਂਕਿ ਜਿਹੜੇ ਪੈਸੇ ਮੈਂ ਉੱਦਾਂ ਵੀ ਥੋੜ੍ਹੇ ਲੈ ਕੇ ਆਈ ਸੀ ਇੰਡੀਅਨ ਕਰੰਸੀ, ਯੂਟੀਲਾਈਜ਼ ਹੋ ਜਾਂਦਾ। ਹਾਂ ਯਾਰ ਕੁਆਂਟਿਟੀ ਤਾਂ ਵਧੀਆ ਦਿੱਤੀ ਹੈ ਇਹਨਾਂ ਨੇ, ਭੁੱਖ ਬਹੁਤ ਜ਼ਿਆਦਾ ਲੱਗੀ ਹੈ, ਵੇਟ ਨਹੀਂ ਹੁੰਦਾ ਮੇਰੇ ਤੋਂ, ਹੁਣ ਮੈਂ ਖਾਊਂਗੀ ਨਜ਼ਾਰੇ ਲਊਂਗੀ। ਥੈਂਕ ਯੂ। ਨਰਵਸਨੈਸ ਕਰਕੇ ਨਾ ਗਲਾ ਇੰਨਾ ਸੁੱਕ ਗਿਆ ਸੀ ਨਾ, ਮੈਨੂੰ ਨਰਵਸ ਬੰਦਾ ਕਹਿੰਦਾ ਹੈ ਕਿ ਨਹੀਂ ਹੋਈ, ਬਟ ਹੁੰਦਾ ਆ ਅੰਦਰੋਂ ਨਾ, ਨੈਚੁਰਲ ਜਿਹਾ ਫੀਲ ਹੋਈ, ਮੈਨੂੰ ਸੱਚੀ ਨਹੀਂ ਲੱਗਿਆ ਯਾਰ। ਮੈਂ ਪਤਾ ਨਹੀਂ ਇੱਦਾਂ ਹੁੰਦਾ ਜਦੋਂ ਬੰਦਾ ਘਰੇ ਹੁੰਦਾ ਨਾ, ਇੱਦਾਂ ਲੱਗੀ ਜਾਂਦਾ ਹੁੰਦਾ ਆ ਵੀ ਘਰੇ ਸੀ ਉਦੋਂ ਫੀਲ ਹੁੰਦਾ ਸੀ, ਰੋਣਾ ਆਈ ਜਾਂਦਾ ਸੀ ਦੇਖ ਕੇ ਵੀ ਮੈਂ ਚੱਲੀ ਹਾਂ, ਅਤੇ ਸੇਮ ਫੀਲਿੰਗ ਮੇਰੇ ਵਿਆਹ 'ਤੇ ਹੋਈ ਸੀ ਘਰੇ ਵੀ, ਜਦੋਂ ਕੋਈ ਕਹਿ ਦਿੰਦਾ ਸੀ ਇੱਦਾਂ, ਜਦੋਂ ਕਿਤੇ ਕੋਰਨਰ 'ਤੇ ਜਾਈਦਾ ਸੀ ਕਿਸੇ ਏਰੀਆ 'ਤੇ ਜਿਹੜਾ ਬਹੁਤ ਜ਼ਿਆਦਾ ਅਟੈਕ ਆ ਜਾਂ ਕੁਛ ਕਿਸੇ ਬਾਰੇ ਸੋਚਦੀ ਸੀ ਹੈ ਨਾ ਵੀ ਕੀ ਹੋਣਾ, ਉਦੋਂ ਬੰਦਾ ਇਮੋਸ਼ਨਲ ਹੋ ਜਾਂਦਾ ਸੀ, ਬਟ ਉੱਦਾਂ ਫੀਲ ਨਹੀਂ ਆ ਰਹੀ ਸੀ ਕਿ ਮੇਰਾ ਵਿਆਹ ਹੋ ਰਿਹਾ ਜਾਂ ਇੱਦਾਂ ਵੀ ਮੈਂ ਰੋਣਾ ਆ ਬਹੁਤ ਜ਼ਿਆਦਾ ਆ। ਇੰਨਾ ਜ਼ਿਆਦਾ ਵਿਆਹ 'ਤੇ ਰੋਈ ਨਹੀਂ ਸੀ ਮੈਂ, ਵਿਦਾਈ 'ਚ ਥੋੜ੍ਹਾ ਜਿਹਾ ਰੋਈ ਸੀ ਜਦੋਂ ਮਿਲੀ ਸੀ ਸਾਰਿਆਂ ਨੂੰ, ਬਸ ਥੋੜ੍ਹਾ ਜਿਹਾ ਉਹ ਵੀ, ਅਤੇ ਇੱਧਰ ਮੈਂ ਰੋਹ ਵੀ ਦਿੱਤਾ ਸੀ ਉਹਦੀ ਸੇਮ ਫੀਲਿੰਗ ਮੇਰੇ ਕੋਲ ਇੱਥੇ ਆਏਗੀ। ਉੱਥੇ ਜਦੋਂ ਘਰਦਿਆਂ ਨਾਲ ਸੀ ਜਦੋਂ ਉਹਨਾਂ ਨੂੰ ਮਿਲਿਆ ਨਾ, ਉਦੋਂ ਥੋੜ੍ਹਾ ਜਿਹਾ ਫੀਲ ਹੋਇਆ ਕਿ ਹਾਂ ਦੂਰ ਹੋ ਰਹੀਆਂ ਥੋੜ੍ਹਾ ਜਿਹਾ, ਬਟ ਹੁਣ ਨਹੀਂ ਲੱਗ ਰਿਹਾ ਕਿਉਂਕਿ ਦੂਰ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਆ, ਅਤੇ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਨਹੀਂ ਲੱਗਦਾ ਸਾਨੂੰ। ਅੱਗੇ ਹੁੰਦਾ ਸੀ ਵੀ ਕਿੰਨਾ ਦੂਰ ਹੋ ਗਈ ਹੈ ਫੈਮਲੀ ਸਾਡੇ ਤੋਂ, ਅਤੇ ਗੱਲਾਂ ਬਹੁਤ ਜ਼ਿਆਦਾ ਲੰਬੀਆਂ ਹੋ ਜਾਣੀਆਂ, ਮੈਨੂੰ ਲੱਗਦਾ ਮੈਂ ਗਿਆਨ ਦੇਣ ਲੱਗ ਜਾਣਾ, ਫੂਡ ਆਪਣਾ ਇੰਜੋਏ ਕਰਾਂ, ਅਤੇ ਮੇਰਾ ਟਾਈਮ ਵੀ ਹੋ ਚੁੱਕਿਆ ਫਲਾਈਟ ਦਾ, ਜੇ ਹੈਗਾ ਟਾਈਮ। ਸੋ ਹੁਣ ਮੈਂ ਤੁਹਾਨੂੰ ਅੰਦਰ ਦੀ ਜਰਨੀ ਦੱਸਦੀ ਹਾਂ। ਜਦੋਂ ਆਪਾਂ ਅੰਦਰ ਐਂਟਰ ਹੁੰਦੇ ਹਾਂ, ਬਹੁਤ ਵੱਡਾ ਏਅਰਪੋਰਟ ਹੁੰਦਾ ਹੈ, ਆਪਾਂ ਆਪਣੇ ਬੋਰਡਿੰਗ ਪਾਸ 'ਤੇ ਜਿਹੜਾ ਆ ਗੇਟ ਨੰਬਰ ਦੇਖਣਾ ਹੁੰਦਾ ਹੈ, ਅਤੇ ਉਹਦੇ ਹਿਸਾਬ ਨਾਲ ਬਾਹਰ ਜਿਹੜੇ ਆ ਆਪਾਂ ਗੇਟ 'ਤੇ ਪਹੁੰਚਣਾ ਹੁੰਦਾ ਆ। ਸੋ ਮੈਂ ਭੱਜ ਭੱਜ ਕੇ ਉੱਥੇ, ਮੈਨੂੰ ਅਨਾਊਂਸਮੈਂਟ ਸੁਣੀ ਸੀ ਕੁਛ ਮਨਪ੍ਰੀਤ ਨਾਂ ਦੀ, ਅਤੇ ਮੈਨੂੰ ਭੱਜਣਾ ਪੈ ਗਿਆ, ਮੈਂ ਬਹੁਤ ਭੱਜੀ, ਫਿਰ ਜਾ ਕੇ ਪਤਾ ਲੱਗਿਆ ਕੋਈ ਹੋਰ ਮਨਪ੍ਰੀਤ ਸੀ ਉੱਥੇ। ਸੋ ਫਾਈਨਲੀ ਜਿਹੜਾ ਮੈਂ ਆਪਣਾ ਬੋਰਡਿੰਗ ਪਾਸ 'ਤੇ ਜਿਹੜਾ ਗੇਟ ਨੰਬਰ ਲਿਖਿਆ ਸੀ ਉੱਥੇ ਮੈਂ ਪਹੁੰਚ ਗਈ ਸੀ ਟਾਈਮ ਨਾਲ। ਬਹੁਤ ਜ਼ਿਆਦਾ ਟੈਨਸ਼ਨ ਮਨ ਦੇ ਵਿੱਚ ਚੱਲ ਰਹੀ ਸੀ, ਪਤਾ ਇੱਦਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋ ਰਿਹਾ ਆ, ਬਹੁਤ ਲਾਈਫ ਫਾਸਟ ਜੀ ਲੱਗ ਰਹੀ ਸੀ ਹੈ ਨਾ। ਸੋ ਇੱਥੇ ਮੇਰਾ 19 ਨੰਬਰ ਗੇਟ ਸੀ, ਇੱਦਾਂ ਹੀ ਸਾਰੇ ਫਲਾਈਟਸ ਦੇ ਉੱਪਰ ਜਿਹੜੇ ਗੇਟ ਲਿਖੇ ਹੁੰਦੇ ਆ। ਇੱਥੋਂ ਜਿਹੜੀ ਆ ਬੋਰਡਿੰਗ ਸਟਾਰਟ ਹੋ ਕੇ ਜਿਹੜੀ ਫਾਈਨਲ ਬੋਰਡਿੰਗ ਸੀ ਮੇਰੀ,
ਜਿਹੜਾ ਆ ਜਹਾਜ਼ ਦੇ ਵਿੱਚ ਆਪਾਂ ਬੈਠਣਾ ਸੀ, ਬਹੁਤ ਜ਼ਿਆਦਾ ਨੀਂਦ ਆ ਰਹੀ ਸੀ, ਨਾਲ ਦੇ ਨਾਲ ਮੇਰੀ ਜਿਹੜੀ ਆ ਕਾਲਸ ਕੰਟੀਨਿਊਸਲੀ ਚੱਲ ਰਹੀ ਸੀ ਇੰਦਰ ਦੇ ਨਾਲ ਅਤੇ ਫੈਮਿਲੀ ਦੇ ਨਾਲ। ਉਹ ਵੀ ਬਾਹਰ ਜਿਹੜਾ ਵੇਟ ਕਰ ਰਹੀ ਸੀ ਕਿ ਕਦੋਂ ਮੈਂ ਪਲੇਨ ਦੇ ਵਿੱਚ ਬੈਠਾਂ ਸੇਫਲੀ ਅਤੇ ਉਹ ਫਿਰ ਘਰ ਜਾਣ। ਫਾਈਨਲੀ ਉਹ ਟਾਈਮ ਆ ਗਿਆ ਸੀ। ਇੱਕ ਐਕਸਾਈਟਮੈਂਟ ਵੀ ਸੀ ਦੇਖ ਕੇ ਕਿ ਨਵੀਂ ਲਾਈਫ ਸਟਾਰਟ ਹੋਣ ਵਾਲੀ ਆ, ਨਰਵਸਨੈਸ ਬਹੁਤ ਜ਼ਿਆਦਾ ਸੀ, ਦਿਲ ਬਹੁਤ ਤੇਜ਼ ਤੇਜ਼ ਧੜਕ ਰਿਹਾ ਸੀ। ਫੈਮਿਲੀ ਤੋਂ ਦੂਰ ਜਾਣ ਦਾ ਡਰ ਜਿਹੜਾ ਹੁੰਦਾ, ਮਤਲਬ ਉਹ ਫੀਲਿੰਗ ਹੁੰਦੀ ਆ, ਉਹੀ ਆਪਣੇ ਆਪ ਦੇ ਵਿੱਚ ਵੱਖਰੀ ਸੀ। ਅੱਖਾਂ ਨਮ ਸੀ ਮੇਰੀਆਂ, ਸੀਰੀਅਸਲੀ ਗਾਈਜ਼, ਜਦੋਂ ਐਂਟਰ ਕਰ ਰਹੀ ਸੀ, ਕਿਉਂਕਿ ਮੇਰੇ ਫਾਦਰ ਦਾ ਡ੍ਰੀਮ ਸੀ ਕਿ ਮੈਂ ਬੱਚਿਆਂ ਨੂੰ ਬਾਹਰ ਭੇਜਣਾ ਆ, ਸੈੱਟ ਕਰਨਾ ਆ, ਬਟ ਕਿਸੇ ਕਾਰਨ ਨਹੀਂ ਆ ਪਾਏ। ਉਹ ਸਾਡੇ ਨਾਲ ਫਿਜ਼ੀਕਲੀ ਨਹੀਂ ਹੈਗੇ। ਉਹ ਫਿਰ ਉਹ ਮੈਨੂੰ ਇੱਕ ਖੁਸ਼ੀ ਵੀ ਹੋ ਰਹੀ ਸੀ, ਇੱਕ ਗਮੀ ਵੀ ਸੀ ਅੱਜ ਕਿ ਡੈਡੀ ਦਾ ਸੁਪਨਾ ਪੂਰਾ ਹੋ ਗਿਆ, ਬਟ ਉਹ ਸਾਡੇ ਨਾਲ ਨਹੀਂ ਹੈਗੇ। ਬਹੁਤ ਜ਼ਿਆਦਾ ਮੈਂ ਇਮੋਸ਼ਨਲ ਸੀ ਉਸ ਟਾਈਮ, ਬਟ ਆਈ ਫੀਲ ਬਲੈਸਡ ਕਿ ਬਾਬਾ ਜੀ ਨੇ ਮੈਨੂੰ ਜੀਵਨ ਸਾਥੀ ਇੱਦਾਂ ਦਾ ਦਿੱਤਾ ਜਿਹਨੇ ਮੇਰਾ ਸੁਪਨਾ ਨਹੀਂ, ਮੇਰੇ ਡੈਡੀ ਦਾ ਸੁਪਨਾ ਪੂਰਾ ਕਰਨ 'ਚ ਮੇਰੀ ਹੈਲਪ ਕੀਤੀ। ਸੋ ਫਾਈਨਲੀ ਮੈਂ ਪਲੇਨ ਦੇ ਵਿੱਚ ਆ ਗਈ ਸੀ ਅਤੇ ਸੀਟ ਮੇਰੀ ਜਿਹੜੀ ਆ ਬਹੁਤ ਪਿੱਛੇ ਸੀ, ਬਹੁਤ ਜ਼ਿਆਦਾ ਮੈਨੂੰ ਟਾਈਮ ਲੱਗਾ। ਇੱਕ ਤਾਂ ਰਸ਼ ਬਹੁਤ ਜ਼ਿਆਦਾ ਸੀ, ਇੱਦਾਂ ਲੱਗਦਾ ਸੀ ਸਾਰੀ ਦੁਨੀਆ ਹੀ ਕਨੇਡਾ ਚੱਲੀ ਹੈ। ਸੋ ਕਰਦੇ 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 ਮੈਂ ਆਪਣੀ ਸੀਟ ਫਾਈਨਲੀ ਲੱਭ ਕੇ ਅਤੇ ਮੈਂ ਜਿਹੜਾ ਆ ਬਹਿ ਕੇ ਰਿਕਾਰਡ ਕਰਨਾ ਸਟਾਰਟ ਕਰਤਾ ਸੀ ਅਤੇ ਮੈਂ ਕਾਲ ਕਰਤੀ ਸੀ ਸਾਰਿਆਂ ਨੂੰ ਫਾਈਨਲੀ। ਸੋ ਜਿੱਦਾਂ ਮੈਂ ਫਸਟ ਟਾਈਮ ਟਰੈਵਲ ਕੀਤਾ ਸੀ, ਇੱਦਾਂ ਕਈ ਲੋਕ ਜਿਹੜੇ ਆ ਉਹ ਆਉਂਦੇ ਆ, ਉਹਨਾਂ ਨੂੰ ਘਬਰਾਹਟ ਹੁੰਦੀ ਹੈ ਕਿ ਸਾਨੂੰ ਨਹੀਂ ਪਤਾ ਲੱਗਣਾ ਹੈਗਾ, ਉਹਨਾਂ ਵਾਸਤੇ ਮੈਂ ਵਲੌਗ ਸ਼ੂਟ ਕਰਨਾ ਸੀ। ਮੈਂ ਵਾਸ਼ਰੂਮ ਗਈ, ਸੋ ਇੱਦਾਂ ਪਲੇਨ ਦੇ ਵਿੱਚ ਜਿਹੜੇ ਵਾਸ਼ਰੂਮ ਹੁੰਦੇ ਬਹੁਤ ਜ਼ਿਆਦਾ ਕੰਜਸਟਿਡ ਹੁੰਦੇ ਆ, ਬਟ ਸਾਰਾ ਕੁਝ ਤੁਹਾਨੂੰ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਉੱਥੇ ਹੁੰਦਾ ਹੈ। ਇਸ ਤਰੀਕੇ ਨਾਲ ਆਪਾਂ ਡੋਰ ਲੌਕ ਕਰਨਾ ਹੁੰਦਾ ਹੈ, ਆਪਾਂ ਈਜ਼ੀਲੀ ਉੱਥੇ ਪੜ੍ਹ ਸਕਦੇ ਹੈਗੇ ਹਾਂ। ਇੱਥੇ ਬਣਿਆ ਹੁੰਦਾ ਹੈ, ਚਾਰਜਿੰਗ ਪਲੱਗ ਵੀ ਬਣਿਆ ਹੁੰਦਾ, ਜੇਕਰ ਆਪਾਂ ਨੂੰ ਲੋੜ ਪੈਂਦੀ ਆਪਾਂ ਇੱਥੇ ਵੀ ਚਾਰਜਿੰਗ ਲਾ ਸਕਦੇ ਹਾਂ। ਸੋ ਮੇਰੀ ਜਿਹੜੀ ਫਸਟ ਫਲਾਈਟ ਸੀ ਦਿੱਲੀ ਤੋਂ ਅਰਲੀ ਮੋਰਨਿੰਗ ਦੀ ਸੀ, ਉੱਥੇ ਮੈਂ ਸੋ ਗਈ ਸੀ, ਬਹੁਤ ਜ਼ਿਆਦਾ ਟਾਇਰਡ ਸੀ। ਐਂਡ ਜਦੋਂ ਸਵੇਰੇ ਉੱਠੇ ਮੈਂ ਟਾਈਮ ਨਹੀਂ ਨੋਟ ਕੀਤਾ ਸੀ ਕਿੰਨਾ ਕੁ ਸੀ, ਤਾਂ ਉਦੋਂ ਹੁੰਦਾ ਹੈ ਕਿ ਆਪਾਂ ਚਾਹ ਪੀਏ। ਸੋ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਪਲੇਨ ਦੇ ਵਿੱਚ ਜਿਹੜਾ ਹੈ ਲਾਸਟ ਦੇ ਵਿੱਚ ਬਣਿਆ ਹੁੰਦਾ, ਜੇਕਰ ਆਪਾਂ ਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ, ਕੁਝ ਖਾਣ ਨੂੰ ਜੀ ਕਰਦਾ, ਆਪਾਂ ਕੁਝ ਪੀਣ ਨੂੰ ਜੀ ਕਰਦਾ, ਉੱਥੇ ਏਅਰ ਹੋਸਟਸ ਹੁੰਦੇ, ਆਪਾਂ ਉਹਨਾਂ ਨੂੰ ਕਹਿ ਕੇ ਜਾਂ ਆਪਾਂ ਖੁਦ ਵੀ ਜਾ ਕੇ ਉੱਥੇ ਲੈ ਸਕਦੇ। ਉਸ ਤੋਂ ਬਾਅਦ ਸਾਡਾ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਸੀ ਐਂਡ ਉਹਨਾਂ ਨੇ ਸਟਾਰਟ ਕਰਤਾ ਸੀ ਸਾਨੂੰ ਸਰਵ ਕਰਨਾ। ਜੋ ਵੀ ਸਾਨੂੰ ਚੀਜ਼ ਦੀ ਲੋੜ ਹੁੰਦੀ ਆ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਜੂਸ ਸਾਨੂੰ ਪੁੱਛਦੇ ਆ, ਡਰਿੰਕਸ ਦੇ ਵਿੱਚ ਕਾਫੀ ਕੁਝ ਆਪਸ਼ਨ ਹੁੰਦੇ ਆ। ਸੋ ਮੈਂ ਜਿਹੜਾ ਆ ਜੂਸ ਪ੍ਰੈਫਰ ਕੀਤਾ ਸੀ ਅਤੇ ਫਰੂਟਸ ਪ੍ਰੈਫਰ ਕੀਤੇ ਸੀ। ਮੋਰਨਿੰਗ ਦੇ ਵਿੱਚ ਖਾਣਾ ਖਾਣ ਨੂੰ ਬਿਲਕੁਲ ਨਹੀਂ ਜੀ ਕਰ। ਮੀਲ ਦੇ ਵਿੱਚ ਉਹਨਾਂ ਨੇ ਆਪਸ਼ਨ ਦਿੱਤਾ ਸੀ ਮੇ ਬੀ ਡੋਸਾ ਦਿੱਤਾ ਸੀ ਐਂਡ ਸੈਂਡਵਿਚ ਪੁੱਛੇ ਸੀ ਸਾਨੂੰ, ਬਟ ਮੇਰਾ ਬਿਲਕੁਲ ਖਾਣ ਨੂੰ ਜੀ ਨਹੀਂ ਕਰ ਰਿਹਾ ਸੀ, ਸੋ ਮੈਂ ਅਵੋਇਡ ਕੀਤਾ, ਮੈਂ ਸਿਰਫ ਫਰੂਟ ਲਏ। ਬਟ ਇਹ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ, ਜੋ ਕਿ ਤੁਹਾਨੂੰ ਅੱਗੇ ਮੈਂ ਦੱਸੂੰਗੀ ਕਿ ਕੀ ਮੇਰੇ ਨਾਲ ਮਤਲਬ ਇਹਦੇ ਕਰਕੇ ਕੀ ਮੈਨੂੰ ਫੇਸ ਕਰਨਾ ਪਿਆ। ਸੋ ਇੱਦਾਂ ਮੈਂ ਟਾਈਮ ਪਾਸ ਵਾਸਤੇ ਜਿਹੜਾ ਸਕਰੀਨ ਜਿਹੜਾ ਚਲਾਤੀ ਸੀ। ਇੱਦਾਂ ਆਪਾਂ ਵੀ ਜਿਹੜਾ ਸਕਰੀਨ ਦੇ ਵਿੱਚ ਕਾਫੀ ਸਾਰੇ ਆਪਸ਼ਨਸ ਹੁੰਦੇ ਆ, ਆਪਾਂ ਮੂਵੀ ਦੇਖ ਸਕਦੇ ਹਾਂ, ਬਟ ਕੁਛ ਲਿਮਿਟਿਡ ਹੁੰਦੇ ਆ। ਸੋ ਇੱਦਾਂ ਪਲੇਨ ਦੇ ਵਿੱਚ ਦੇਖ ਕੇ ਆਪਾਂ ਜਿਹੜਾ ਟਾਈਮ ਪਾਸ ਆਪਣਾ ਕਰ ਸਕਦੇ ਹਾਂ, ਇਹਦੇ ਵਿੱਚ ਆਪਾਂ ਡਿਸਟੈਂਸ ਦੇਖ ਸਕਦੇ ਹਾਂ ਕਿੰਨੀ ਦੂਰ ਆਏ ਹਾਂ। ਸੋ ਇਸ ਤੋਂ ਬਾਅਦ ਆਪਾਂ ਲੈਂਡ ਕਰ ਗਏ ਸੀ ਐਮਸਟਰਡੈਮ ਦੇ ਵਿੱਚ ਐਂਡ ਇੱਥੇ ਮੇਰੀ ਸਟੇ ਸੀ। ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ, ਨਾਲ ਨਾਲ ਗੱਲਾਂ ਵੀ ਚੱਲ ਰਹੀਆਂ ਸੀ, ਮਾਈਂਡ ਨੂੰ ਜਿਹੜਾ ਡਾਈਵਰਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਕਾਮ ਰਹਾਂ, ਕਿਉਂਕਿ ਮੈਂ ਬਹੁਤ ਦੂਰ ਜਾਣਾ ਸੀ, ਕਿਉਂਕਿ ਮੇਰੀ ਸੀਟ ਜਿਹੜੀ ਸੀ ਬਿਲਕੁਲ ਲਾਸਟ ਦੇ ਵਿੱਚ ਜਾ ਕੇ ਸੀ। ਸੋ ਮੈਨੂੰ ਜਿਹੜਾ ਆ ਬਿਲਕੁਲ ਵੀ ਜਗ੍ਹਾ ਨਹੀਂ ਮਿਲਦੀ ਸੀ ਬੈਗ ਵਾਸਤੇ। ਉਹਨਾਂ ਨੇ ਸੇਫਲੀ ਮੇਰਾ ਬੈਗ ਜਿਹੜਾ ਆ ਕਿਤੇ ਰੱਖਿਆ ਸੀ ਲਾਸਟ ਦੇ ਵਿੱਚ, ਜਦੋਂ ਪੂਰਾ ਪਲੇਨ ਖਾਲੀ ਹੋ ਗਿਆ ਮੇਰਾ ਬੈਗ ਉਦੋਂ ਮੈਨੂੰ ਮਿਲਿਆ। ਬਟ ਦੈਟਸ ਓਕੇ, ਕਿਉਂਕਿ ਮੇਰੇ ਕੋਲ ਇਨਫ ਟਾਈਮ ਹੈਗਾ ਸੀ। ਐਂਡ ਆਪਾਂ ਇੱਦਾਂ ਕੋਈ ਵੀ ਚੀਜ਼ ਦੀ ਸਾਨੂੰ ਲੋੜ ਹੋਏ ਬਹੁਤ ਜ਼ਿਆਦਾ ਏਅਰ ਹੋਸਟਸ ਜਿਹੜੀ ਆ ਹੈਲਪਫੁਲ ਹੁੰਦੇ ਆ, ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ। ਬਟ ਇੱਥੇ ਸਟਿਲ ਮੈਂ ਨਰਵਸ ਸੀ, ਕਿਉਂਕਿ ਮੈਨੂੰ ਇਹ ਸੀ ਕਿ ਮੈਂ ਫਿਰ ਤੋਂ ਪਲੇਨ ਜਿਹੜਾ ਚੇਂਜ ਕਰਨਾ, ਦੁਬਾਰਾ ਤੋਂ ਸਭ ਕੁਝ ਹੋਣਾ ਹੈ, ਸੇਮ ਪ੍ਰੋਸੈਸ ਹੋਣਾ, ਕੀ ਹੋਣਾ ਕੀ ਨਹੀਂ ਹੋਣਾ। ਬਹੁਤ ਜ਼ਿਆਦਾ ਮੈਂ ਕਨਫਿਊਜ਼ ਸੀ ਕਿੱਥੇ ਜਾਣਾ ਕਿੱਥੇ ਨਹੀਂ। ਓਬਵੀਅਸਲੀ ਸਾਨੂੰ ਪਤਾ ਹੁੰਦਾ ਆ, ਆਪਾਂ ਰੀਡ ਕਰ ਸਕਦੇ ਹਾਂ, ਬਟ ਫਸਟ ਟਾਈਮ ਜਿਹੜਾ ਹੁੰਦਾ ਐਕਸਪੀਰੀਅੰਸ ਉਹ ਬਿਲਕੁਲ ਹੀ ਡਿਫਰੈਂਟ ਹੁੰਦਾ। ਬੰਦਾ ਨਰਵਸ ਵੀ ਹੁੰਦਾ, ਨਾਲ ਦੇ ਨਾਲ ਮਾਇੰਡ ਜਿਹੜਾ ਆ ਠੰਡਾ ਰੱਖਣ ਦੀ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਆਪਾਂ। ਸੋ ਮੈਂ ਸਾਰੀ ਇੰਸਟਰਕਸ਼ਨ ਜਿੱਥੇ ਜਿੱਥੇ ਜੋ ਵੀ ਲਿਖਿਆ ਸੀ ਉਹ ਸਾਰਾ ਕੁਝ ਪੜ੍ਹ ਪੜ੍ਹ ਕੇ ਅੱਗੇ ਵੱਧ ਰਹੀ ਸੀ। ਫਾਈਨਲੀ ਮੈਂ ਇੱਕ ਫੈਮਿਲੀ ਨੂੰ ਜਿਹੜਾ ਆ ਪੁੱਛਿਆ, ਜਿਹੜੇ ਮੇਰੇ ਨਾਲ ਬੈਠੇ ਸੀ, ਉਹ ਲੇਡੀ ਸੀ, ਬਹੁਤ ਜ਼ਿਆਦਾ ਹੈਲਪਫੁਲ ਨਿਕਲੇ। ਉਹਨਾਂ ਨੂੰ ਮੈਂ ਕਿਹਾ ਮੈਨੂੰ ਕਿ ਮੈਂ ਮੇਰਾ ਫਸਟ ਐਕਸਪੀਰੀਅੰਸ ਆ। ਸੋ ਲੇਡੀ ਨੇ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਇੰਸਟਰਕਸ਼ਨਸ ਦਿੱਤੀਆਂ ਕਿ ਆਪਾਂ ਕਿੱਦਾਂ ਕਿੱਦਾਂ ਅੱਗੇ ਵਧਣਾ ਆ, ਕਿੱਦਾਂ ਕਿੱਦਾਂ ਜੇ ਫਸਟ ਟਾਈਮ ਆਪਾਂ ਇਕੱਲੇ ਆਉਂਦੇ ਹਾਂ ਕਿੱਦਾਂ ਜਾ ਸਕਦੇ ਹਾਂ, ਅੱਗੇ ਵੀ ਜਾ ਕੇ ਬਹੁਤ ਜ਼ਿਆਦਾ ਲਾਈਨਾਂ ਜਿਹੜੀਆਂ ਲੰਬੀਆਂ ਸੀ।
ਇੱਥੇ ਵੀ ਹਜੇ ਮੇਰਾ ਜਿਹੜਾ ਵਾਈਫਾਈ ਸਟਾਰਟ ਨਹੀਂ ਹੋਇਆ ਸੀ। ਹੌਲੀ ਹੌਲੀ ਮੈਨੂੰ ਮਨ ਦੇ ਵਿੱਚ ਹੋ ਰਿਹਾ ਸੀ ਕਿ ਫੈਮਿਲੀ ਨਾਲ ਕਿੰਨੀ ਦੇਰ ਹੋ ਗਈ ਆ ਗੱਲ ਕੀਤਿਆਂ ਨੂੰ, ਕਿਸੇ ਨਾਲ ਗੱਲ ਨਹੀਂ ਹੋਈ, ਮੰਮੀ ਨਾਲ ਨਹੀਂ ਗੱਲ ਹੋਈ, ਅੰਦਰ ਨਾਲ ਨਹੀਂ ਗੱਲ ਹੋਈ। ਤਾਂ ਜਦੋਂ ਅੱਗੇ ਵਧੇ ਆਪਾਂ ਫਾਈਨਲੀ ਇੱਥੇ ਦੁਬਾਰਾ ਤੋਂ ਚੈੱਕ ਇਨ ਹੁੰਦਾ, ਮਤਲਬ ਆਪਾਂ ਜਿੱਦਾਂ ਐਂਟਰੀ ਗੇਟ 'ਤੇ ਇੰਡੀਆ ਦਿੱਲੀ ਏਅਰਪੋਰਟ 'ਤੇ ਸਾਰਾ ਕੁਛ ਚੈਕਿੰਗ ਕਰਨਾ ਹੁੰਦਾ ਆ, ਸਭ ਕੁਛ ਚੈੱਕ ਕਰਾਉਣਾ ਹੁੰਦਾ, ਇੱਥੇ ਸੇਮ ਉਹੀ ਹੋਇਆ। ਸਾਡੇ ਮੋਬਾਈਲਸ, ਫੋਨ, ਬੈਗਸ ਦੁਬਾਰਾ ਤੋਂ, ਜਿਹੜੇ ਹੈਂਡ ਬੈਗ ਸੀ ਦੁਬਾਰਾ ਤੋਂ ਚੈੱਕ ਹੋਏ। ਸੋ ਇਸ ਤੋਂ ਬਾਅਦ ਆਪਾਂ ਜਿਹੜਾ ਅੱਗੇ ਨੂੰ ਵਧੇ, ਇੱਥੇ ਮੇਰਾ ਜਿਹੜਾ ਫਲਾਈਟਸ ਦੇਖਣੀਆਂ ਸੀ, ਇੱਥੇ ਵੀ ਮੈਂ ਬਹੁਤ ਜ਼ਿਆਦਾ ਘਬਰਾਈ ਹੋਈ ਸੀ ਕਿ ਪ੍ਰੋਬਲਮ ਹੋ ਗਈ ਇੱਕ, ਬੈਟਰੀ ਬਹੁਤ ਜ਼ਿਆਦਾ ਮੇਰੀ ਘੱਟ ਰਹਿ ਗਈ, 20% ਰਹਿ ਗਈ ਹੈ, ਅਤੇ ਮੇਰਾ ਚਾਰਜਰ ਜਿਹੜਾ ਅਡਾਪਟਰ ਸੀ ਨਾ, ਇੱਥੇ ਬਾਹਰ ਚੱਲਦਾ ਹੈ, ਦੂਜਾ ਜਿਹੜਾ ਦੂਜਾ ਪੋਡ ਹੁੰਦਾ ਤੁਹਾਨੂੰ ਪਤਾ ਹੋਣਾ, ਉਹ ਮੈਂ ਭੁੱਲ ਗਈ। ਸੋ ਇੱਥੇ ਉਹ ਚੱਲ ਨਹੀਂ ਰਿਹਾ ਜਿਹੜਾ ਮੇਰੇ ਕੋਲ ਹੈਗਾ, ਉਹ ਮੈਂ ਇੱਧਰ ਉੱਧਰ ਭੱਜ ਰਹੀ ਹਾਂ ਹੁਣ। T6 ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ T6 'ਤੇ ਜਾਓ, ਮੇ ਬੀ ਤੁਹਾਨੂੰ ਗਾਈਡ ਕਰਨਗੇ, ਕੁਛ ਪ੍ਰੋਵਾਈਡ ਕਰਨਗੇ, ਦੇਖੋ ਮੇ ਬੀ ਮੈਨੂੰ ਬਾਏ ਕਰਨਾ ਪੈਣਾ ਜਾਂ ਮੈਨੂੰ ਪ੍ਰੋਵਾਈਡ ਕਰਨੀ। ਸੋ ਉਹ ਵਧੀਆ ਹੋਏਗਾ, ਵੈਸੇ ਵਧੀਆ ਹੀ ਹੋਏਗਾ, ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ। ਉਦੋਂ ਜਦੋਂ ਪ੍ਰੋਵਾਈਡ ਕੀਤਾ ਸੀ ਬ੍ਰੇਕਫਾਸਟ, ਮੇਰਾ ਜੀ ਨਹੀਂ ਕਰਦਾ ਸੀ ਖਾਣ ਨੂੰ, ਅਤੇ ਹੁਣ ਭੁੱਖ ਲੱਗ ਗਈ। ਹੋਪ ਫੋਰ ਦਾ ਬੈਸਟ। ਖਾਣ ਨੂੰ ਕੁਛ ਨਹੀਂ ਸੀ, ਬਹੁਤ ਜ਼ਿਆਦਾ ਭੁੱਖ ਲੱਗੀ ਸੀ, ਪ੍ਰੇਨ 'ਚ ਮੈਂ ਖਾਧਾ ਨਹੀਂ ਹੈਗਾ, ਥੋੜ੍ਹਾ ਜਿਹਾ ਵੋਮਿਟਿੰਗ ਦਾ ਇਸ਼ੂ ਹੋ ਰਿਹਾ ਸੀ, ਮੈਂ ਕਿਹਾ ਜੇ ਖਾ ਲਿਆ ਪੰਗਾ ਨਾ ਪੈ ਗਏ। ਸੋ ਮੈਨੂੰ ਪਤਾ ਨਹੀਂ ਸੀ ਵੀ ਇੱਦਾਂ ਦਾ ਇਸ਼ੂ ਆਏਗਾ, ਫਸਟ ਟਾਈਮ ਨਾ ਇੱਦਾਂ ਦਾ ਕੁਛ ਨਾ ਕੁਛ, ਜਾਂ ਤਾਂ ਤੁਹਾਡੇ ਨਾਲ ਕੁਛ ਵਧੀਆ ਹੋਊਗਾ ਜਾਂ ਬੈਡ ਐਕਸਪੀਰੀਅੰਸ ਕਰੂੰਗੇ। ਸੋ ਬੈਡ ਹੀ ਸਮਝ ਲਓ, ਠੀਕ ਆ, ਇਟਸ ਓਕੇ। ਮੇਰੇ ਕੋਲ ਫਿਰ ਕਰੰਸੀ ਪ੍ਰੋਬਲਮ ਆ ਗਈ, US ਡਾਲਰ ਸੀ ਮੇਰੇ ਕੋਲ, ਸ਼ੁਕਰ ਹੈ ਸਿਰਫ 6 ਡਾਲਰ ਨੇ। ਇਹਨਾਂ ਨੇ ਮੈਨੂੰ ਸਿਰਫ ਫਰਾਈਜ਼ ਦਿੱਤੇ, ਉਹ ਵੀ ਕਿਉਂ, ਕਿਉਂਕਿ ਇੱਥੇ ਵੈੱਜ 'ਚ ਕੁਛ ਨਹੀਂ ਹੈ, ਵੈੱਜ 'ਚ ਕੁਛ ਨਹੀਂ ਹੈਗਾ ਇਹਨਾਂ ਕੋਲ, ਸਿਰਫ ਫਰਾਈਜ਼ ਕੋਲ ਆ। ਸੋ ਜਿਨ੍ਹਾਂ ਨੇ ਵੀ ਆਉਣਾ ਹੋਏ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਮੈਂ ਪਹਿਲਾਂ ਅੱਗੇ ਕਾਲ ਕਰਦੀ ਸੀ ਸਾਰਿਆਂ ਨੂੰ ਵੀ ਪਲੇਨ 'ਚ ਮੈਨੂੰ ਜੋ ਮਿਲੇ ਮੈਂ ਕੈਰੀ ਕਰ ਲੈਣਾ, ਕਿਉਂਕਿ ਕਰੇਵਿੰਗਸ ਹੋ ਜਾਂਦੀ ਹੈ ਕਈ ਵਾਰੀ ਨਾ, ਭੁੱਖ ਲੱਗ ਜਾਂਦੀ ਹੈ, ਐਨਰਜੀ ਡਾਊਨ ਹੋ ਜੇ, ਬਰਾਊਨੀ ਵਗੈਰਾ ਤੁਸੀਂ ਲੈ ਸਕਦੇ। ਸੋ ਸੇਮ ਮੇਰੇ ਨਾਲ ਹੋਇਆ, ਭੁੱਖ ਲੱਗ ਗਈ, ਮੇਰੇ ਕੋਲ ਕੁਛ ਨਹੀਂ ਸੀ, ਮੈਂ ਇੰਨਾ ਦਿਮਾਗ 'ਚ ਨਹੀਂ ਆਇਆ ਕਿ ਜਦੋਂ ਉਹਨਾਂ ਨੇ ਮੈਨੂੰ ਔਫਰ ਕੀਤਾ ਸੀ ਉਹ ਮੈਂ ਲੈ ਲੈਣਾ ਚਾਹੀਦਾ ਸੀ, ਕੈਰੀ ਕਰ ਲੈਣਾ ਚਾਹੀਦਾ ਸੀ, ਉਹ ਲਿਆ। ਸੋ ਤੁਸੀਂ ਧਿਆਨ ਰੱਖਿਆ ਕਰੋ ਇਸ ਚੀਜ਼। ਹੁਣ ਮੈਂ ਚੱਲੀ ਹਾਂ ਫਰਾਈਜ਼ ਲੈ ਕੇ ਆਪਣੀ, $6 ਦੇ, US ਡਾਲਰਸ ਦੇ, US ਕਰੰਸੀ ਵੀ ਲੈ ਕੇ ਆਇਆ ਕਰੋ। ਆਹ ਮਿਲਿਆ ਮੈਨੂੰ ਇਹ, ਮਤਲਬ ਇੰਨੇ ਕੁ ਫਰਾਈਜ਼, ਅਤੇ ਆਹ ਸੌਸ ਮਿਲਿਆ ਮੈਨੂੰ $6। ਆਪਣੇ ਹਿਸਾਬ ਦੇ ਤੁਸੀਂ ਲਾ ਲਓ ਹੁਣ ਕਿੰਨੇ ਬਣਦੇ, 400-500 ਰੁਪਈਆ ਬਣਦਾ, ਕੋਈ ਗੱਲ ਨਹੀਂ, ਐਮਰਜੈਂਸੀ ਤਾਂ ਹੋ ਸਕਦਾ। ਇੰਨਾ ਸ਼ੁਕਰ ਮੇਰੇ ਕੋਲ ਹੈਗੇ ਸੀ US ਡਾਲਰ, 10-12 ਨੂੰ ਲੈ ਕੇ ਆਈ ਸੀ ਵੀ ਇਹ ਚੱਲ ਜਾਂਦੇ ਆ ਇੰਟਰਨੈਸ਼ਨਲ ਕਿਤੇ ਵੀ। ਸੋ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ, ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਕੋਲ ਵੀ ਜ਼ਰੂਰੀ ਹੈ, ਚਾਰਜਿੰਗ ਪੁਆਇੰਟ ਵੀ ਮੈਨੂੰ ਮਿਲ ਗਿਆ, ਇੰਨਾ ਸ਼ੁਕਰ ਹੈ ਕਿ ਮਿਲ ਗਿਆ, ਥੈਂਕ ਗੋਡ। ਵਾਹਿਗੁਰੂ ਚੱਲ ਸੀ ਦਿਮਾਗ 'ਚ, ਘਬਰਾਈ ਨਹੀਂ, ਉੱਦਾਂ ਮੈਂ ਥੋੜ੍ਹਾ ਜਿਹਾ ਮਨਚੋ ਹੋ ਜਾਂਦਾ ਹੈ, ਬਟ ਚਲੋ ਮੈਂ ਮੀਲ ਆਪਣੀ ਖਾਵਾਂ, ਮੀਲ ਕੀ ਥੋੜ੍ਹਾ ਜਿਹਾ ਸਬਰ ਹੋ ਜੂਗਾ, ਬਾਕੀ ਪਲੇਨ 'ਚ ਬਹਿ ਕੇ ਹੁਣ ਮੈਂ 2-4 ਪੈਕਟ ਜਿਹੜੇ ਆ ਬਰਾਊਨੀ ਜਾਂ ਕੁਛ ਇੱਦਾਂ ਦਾ ਰੱਖ ਲੂੰਗੀ ਕਿ ਅੱਗੇ ਇੱਦਾਂ ਦੀ ਪ੍ਰੋਬਲਮ ਨਾ ਫੇਸ ਕਰਨੀ ਪਵੇ। ਉੱਥੇ ਮੈਂ ਬਹਿ ਕੇ ਖਾਣਾ ਸਟਾਰਟ ਕੀਤਾ, ਅਤੇ ਨਾਲ ਦੀ ਨਾਲ ਮੈਂ ਟਾਈਮ ਦੇਖ ਰਹੀ ਸੀ ਕਿ ਇੰਡੀਆ ਜਿਹੜਾ ਆ ਟਾਈਮ ਹੋ ਗਿਆ ਕਾਲ ਕਰਨ ਦਾ ਕਿ ਨਹੀਂ ਹੋਇਆ, ਬਟ ਮੇਰੀ ਫੈਮਿਲੀ ਜਿਹੜੀ ਆ ਉਹ ਸਾਰੇ ਜਾਗਦੇ ਸੀ। ਇੰਦਰ ਨੂੰ ਮੈਂ ਕਾਲ ਲਗਾਤਾਰ ਕਰਦੀ ਆ ਰਹੀ ਸੀ ਕਿ ਇੱਦਾਂ ਇੱਦਾਂ ਆ, ਸਭ ਕੁਛ ਇੱਦਾਂ ਚੱਲ ਰਿਹਾ, ਉਹਨਾਂ ਨੂੰ ਵੀ ਟੈਨਸ਼ਨ ਸੀ ਕਿ ਸਾਰਾ ਕੁਛ ਵਧੀਆ ਹੋ ਜੇ। ਐਂਡ ਫਾਈਨਲੀ ਪਲੇਨ ਦੇ ਵਿੱਚ ਜਿਹੜਾ ਆ ਮੈਂ ਬਹਿ ਗਈ ਸੀ, ਮੀਂਹ ਦਾ ਮੌਸਮ ਸੀ, ਵਧੀਆ ਲੱਗਦਾ ਮੈਨੂੰ ਮੀਂਹ, ਬਟ ਇਸ ਟਾਈਮ ਮੈਨੂੰ ਬਿਲਕੁਲ ਨਹੀਂ ਵਧੀਆ ਲੱਗ ਰਿਹਾ ਸੀ, ਬਹੁਤ ਜ਼ਿਆਦਾ ਮੇਰਾ ਸਿਰ ਇਸ ਟਾਈਮ ਫਟਣ ਨੂੰ ਆ ਰਿਹਾ ਸੀ। ਮੈਡੀਸਨ ਮੈਂ ਲੈ ਲਈ ਸੀ, ਬਟ ਫਿਰ ਵੀ ਜਿਹੜਾ ਆ ਰੋਣ ਕਰਕੇ ਮੇ ਬੀ ਐਂਡ ਟਰੈਵਲਿੰਗ ਕਰਕੇ। ਉਸ ਤੋਂ ਬਾਅਦ ਸਾਡੀ ਮੀਲ ਦਾ ਟਾਈਮ ਹੋ ਗਿਆ ਸੀ, ਯਾਨੀ ਇਸ ਟਾਈਮ ਮੈਂ ਪੂਰਾ ਮੇਕ ਸ਼ੋਰ ਕੀਤਾ ਸੀ ਕਿ ਮੈਂ ਮੀਲ ਖਾਵਾਂ, ਬਟ ਗਾਈ ਸੀਰੀਅਸਲੀ ਜਿਹੜੀ ਮੀਲ ਆਈ ਸੀ ਨਾ, ਸੀਰੀਅਸਲੀ ਮੇਰਾ ਇੰਨਾ ਬੈਡ ਐਕਸਪੀਰੀਅੰਸ ਰਿਹਾ ਹੈ ਨਾ। ਖਾਣਾ ਤਾਂ ਮੈਂ ਸ਼ੁਰੂ ਕਰਤਾ ਸੀ, ਬਟ ਜਿੱਦਾਂ ਹੀ ਇੱਕ ਬਾਈਟ ਲਈ ਸੀ ਮੈਂ, ਮੇਰੇ ਅੱਖਾਂ 'ਚੋਂ ਹੰਝੂ ਸਟਾਰਟ ਹੋ ਗਏ, ਪਤਾ ਨਹੀਂ ਕਿਉਂ ਮੈਨੂੰ ਰੋਣਾ ਆ ਗਿਆ। ਐਂਡ ਦਿਮਾਗ ਦੇ ਵਿੱਚ ਉਹੀ ਚੱਲ ਰਿਹਾ ਸੀ ਕਿ ਮਾਂ ਦੇ ਹੱਥ ਦਾ ਖਾਣਾ, ਆ ਜੀ ਦੇ ਹੱਥੀ ਰੋਟੀ, ਉਹ ਫਿਰ ਬਹੁਤ ਜ਼ਿਆਦਾ ਮੈਂ ਇਮੋਸ਼ਨਲ ਹੋ ਗਈ ਸੀ, ਮੈਨੂੰ ਬਹੁਤ ਜ਼ਿਆਦਾ ਰੋਣਾ ਆਇਆ। ਮੈਂ ਪਹਿਲਾਂ ਰੋਈ ਰੱਜ ਕੇ, ਫਿਰ ਮੈਂ ਖਾਧਾ ਢਿੱਡ ਭਰਨ ਵਾਸਤੇ ਕਿ ਦੂਰ ਜਾਣਾ ਆ। ਐਂਡ ਬਹੁਤ ਔਖਾ ਟਾਈਮ ਸੀ, ਬਿਲਕੁਲ ਨਹੀਂ ਸਮਝ ਲੱਗ ਰਿਹਾ ਸੀ ਕਿ ਕੀ ਹੋ ਰਿਹਾ, ਬਿਲਕੁਲ ਨਵਾਂ ਇੱਕ ਨਵਾਂ ਐਕਸਪੀਰੀਅੰਸ ਸੀ ਸਾਰਾ ਕੁਛ, ਦੇਖਣ ਨੂੰ ਵਧੀਆ ਸੀ ਬਟ ਉਹ ਵਧੀਆ ਨਹੀਂ ਲੱਗ ਰਿਹਾ ਸੀ, ਬਹੁਤ ਜ਼ਿਆਦਾ ਲੋਨਲੀ ਫੀਲ ਹੋ ਰਿਹਾ ਸੀ।
ਸੋ ਜਿਹੜੀ ਸਾਡੀ ਫੁੱਲ ਮੀਲ ਤੋਂ ਬਾਅਦ ਜਿਹੜਾ ਸਨੈਕ ਟਾਈਮ ਹੋ ਗਿਆ ਸੀ ਉਸ ਤੋਂ ਮੇ ਬੀ 3 ਜਾਂ 3.5 ਆਵਰਸ ਦੇ ਬਾਅਦ ਜਿਹੜਾ ਆ ਉਹਨਾਂ ਨੇ ਸਾਨੂੰ ਸਨੈਕ ਦੇ ਵਿੱਚ ਆਹ ਪਫ ਟਾਈਪ ਦਿੱਤਾ ਸੀ ਕੁਛ। ਮੈਂ ਬਹੁਤ ਡਰੀ ਹੋਈ ਸੀ ਕਿ ਪਤਾ ਨਹੀਂ ਕਿੱਦਾਂ ਦਾ ਟੇਸਟ ਹੋਏਗਾ। ਮੈਂ ਸੋਚਿਆ ਪਾਣੀ ਦੇ ਨਾਲ ਉਹਨੂੰ ਅੰਦਰ ਲੰਘਾ ਦੂੰਗੀ, ਬਟ ਖਾਣਾ ਮੈਂ ਸਟਾਰਟ ਕੀਤਾ ਬਟ ਠੀਕ ਸੀ ਉਹ। ਉਹਦੇ ਕੰਪੈਰੀਜ਼ਨ ਦੇ ਵਿੱਚ ਜਿਹੜੀ ਮੀਲ ਮੈਨੂੰ ਮਿਲੀ ਸੀ ਉਹ ਤੋਂ ਬਹੁਤ ਜ਼ਿਆਦਾ ਬੈਟਰ ਸੀ। ਮੈਂ ਸੋਚਿਆ ਇਹਦੇ ਨਾਲ ਢਿੱਡ ਭਰ ਲਓ, ਹੁਣ ਕਾਫੀ ਦੂਰ ਜਾਣਾ ਆ, ਅੱਗੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਸੋ ਮੈਂ ਨਾਲ ਦੇ ਨਾਲ ਆਪਣੇ ਆਪ ਨੂੰ ਕਾਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਹੁਣ ਠੀਕ ਰਹਿਣਾ। ਹੌਲੀ ਹੌਲੀ ਜਿਹੜਾ ਆ ਡੈਸਟੀਨੇਸ਼ਨ ਫਾਈਨਲ ਮੇਰੀ ਜਿਹੜੀ ਨੇੜੇ ਆ ਰਹੀ ਸੀ, ਅਨਾਊਂਸਮੈਂਟ ਨਾਲ ਦੀ ਨਾਲ ਚੱਲ ਰਹੀਆਂ ਸੀ। ਮੈਨੂੰ ਇਹ ਹੋ ਰਿਹਾ ਸੀ ਮੈਂ ਉੱਤਰ ਕੇ ਫਟਾਫਟ ਕਰਦਿਆਂ ਨਾਲ ਗੱਲ ਕਰਾਂ। ਫਾਈਨਲੀ ਜਿਹੜਾ ਆ ਲੈਂਡ ਹੋ ਗਏ ਸੀ ਇੱਥੇ ਸੀ ਮੈਨੂੰ ਕਿ ਹੁਣ ਮੇਰੇ ਦਿਮਾਗ 'ਚ ਇਹ ਚੱਲ ਰਿਹਾ ਸੀ ਕਿ ਇਮੀਗ੍ਰੇਸ਼ਨ ਠੀਕ ਹੋ ਜੇ ਕਿ ਬੰਦਾ ਇੱਕ ਹੁੰਦਾ ਹੈ ਨਾ, ਸਾਰੇ ਦੱਸਦੇ ਆ ਕਿ ਅੱਗੇ ਇੱਦਾਂ ਦੇ ਕੁਐਸ਼ਨਸ ਪੁੱਛਣੇ ਆ ਜਾਂ ਇੱਦਾਂ ਹੋਣਾ ਤੁਹਾਡੇ ਨਾਲ ਇੱਦਾਂ ਹੋਣਾ। ਸੋ ਉਹ ਕੁਛ ਦਿਮਾਗ ਦੇ ਵਿੱਚ ਚੱਲ ਰਿਹਾ ਸੀ। ਨਾਲ ਦੇ ਨਾਲ ਇਹ ਚੱਲ ਰਿਹਾ ਸੀ ਕਿ ਮੈਂ ਘਰ ਗੱਲ ਕਰਦਾ ਕਿ ਉਹਨਾਂ ਨੂੰ ਦੱਸ ਦੇਵਾਂ ਕਿ ਮੈਂ ਫਾਈਨਲੀ ਇੱਥੇ ਪਹੁੰਚ ਗਈ ਹਾਂ, ਠੀਕ ਠਾਕ ਪਹੁੰਚ ਗਈ ਹਾਂ। ਉਹਨਾਂ ਨੂੰ ਵੀ ਨਾਲ ਦੇ ਨਾਲ ਟੈਨਸ਼ਨ ਹੋਣੀ ਆ। ਸੋ ਇਮੀਗ੍ਰੇਸ਼ਨ ਦੇ ਵਿੱਚ ਇੱਥੇ ਵੀ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਸੀ। ਬੈਗ ਮੈਂ ਜਿਹੜਾ ਆ ਫਾਈਨਲੀ ਫੜ ਲਿਆ ਸੀ ਇੱਕ ਦੋ ਰਾਊਂਡ ਦੇ ਬਾਅਦ। ਪਹਿਲਾ ਬੈਗ ਤਾਂ ਬਹੁਤ ਈਜ਼ੀਲੀ ਮਿਲ ਗਿਆ ਸੀ, ਦੂਜਾ ਬੈਗ ਮੇਰੇ ਤੋਂ ਚੱਕਿਆ ਨਹੀਂ ਗਿਆ, ਦੁਬਾਰਾ ਘੁੰਮੇ ਗਿਆ ਘੁੰਮੇ ਗਿਆ ਘੁੰਮੇ ਗਿਆ। ਨਾਲ ਦੇ ਨਾਲ ਜਿਹੜੀ ਪੂਰੀ ਇੰਸਟਰਕਸ਼ਨਸ ਜਿਹੜੀ ਆ ਮੇਰੀ ਇਹ ਚੱਲ ਰਹੀ ਸੀ, ਇੰਦਰ ਕੌਲ 'ਤੇ ਦੱਸੀ ਜਾ ਰਹੀ ਸੀ ਕਿ ਇੱਦਾਂ ਕਰੋ, ਅਗਲਾ ਸਟੈਪ ਆ ਹੋਣਾ, ਅੱਗੇ ਇੱਦਾਂ ਹੋਣਾ, ਅੱਗੇ ਇੱਦਾਂ ਹੋਣਾ। ਫਾਈਨਲੀ ਮੈਂ ਆਪਣੇ ਬੈਗ ਰੱਖ ਲਏ ਸੀ। ਮੈਂ ਸੋਚਿਆ ਸੀ ਹੁਣ ਕਿ ਸਾਰਾ ਕੁਛ ਵਧੀਆ ਹੋਏਗਾ, ਬਟ ਅੱਗੇ ਬਹੁਤ ਜ਼ਿਆਦਾ ਸਾਨੂੰ ਜਿਹੜਾ ਕਸਟਮ ਦੇ ਵਿੱਚ ਟਾਈਮ ਲੱਗ ਗਿਆ। ਉਹ ਰੀਜ਼ਨ ਮੈਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸੂਗੀ, ਬਹੁਤ ਬੈਡ ਐਕਸਪੀਰੀਅੰਸ ਰਿਹਾ। ਸੋ ਮੇਰਾ ਸਵਾਗਤ ਰੇਨਬੋ ਨਾਲ ਹੋਇਆ ਐਂਡ ਇੱਥੇ ਹੋ ਗਿਆ ਸੀ ਜੀ ਵੈਲਕਮ ਟੂ ਕੈਨੇਡਾ।